सर जी ने वेलकम है थोड़ा अपने दूजे ब्लॉग जिम्मे कि मैं क्या सी ब्लॉग अपना कल आ जूगा सो थोड़ा लेट हो जाएगा ब्लॉग अपना एक दिन ते अज अपने कुछ बेली आए ने आ वेखो तुहानू विखाने दूजे तरफ का कैमरा करके सो ये अपने आए ने बेली आ स्टाइल नहीं दूजा चलता है अज आ आ एक आ आया ते ਤੇ ਅੱਜ ਆਪਾਂ ਰੀਲਾਂ ਰੂਲਾਂ ਬਣਾਣੀ ਹਨ ਪਰ ਅਗਲਿਆਂ ਕੋਲ ਟਾਈਮ ਘੱਟ ਹੈ ਚਲੋ ਕੋਈ ਨਹੀਂ ਰੀਲਾਂ ਆਪਾਂ ਕੱਲ ਬਣਾਵਾਂਗੇ ਹਾਏ ਦੇ ਸੋ ਇਹਨਾਂ ਤੇ ਗੱਲਾਂ ਵੱਡੇ ਬਲੌਗਰ ਸਾਹਿਬ ਆਈ ਇਹ ਬਿਗ ਫੈਨ ਆ ਆ ਮੈਨੂੰ ਆਂਦੇ ਹਨ ਬਈ ਪ੍ਰੋਮੋਸ਼ਨ ਕਰਵਾਣੀ ਬਈ ਇਹ ਪ੍ਰੋਮੋਸ਼ਨ ਮਤਲਬ ਕਰਾਉਣ ਆਏ ਨੇ ਮੁੰਡੇ ਤੇ ਮੈਨੂੰ ਕਹਿੰਦੇ ਹਨ ਲਿਆ ਇਹਦੇ ਵਿੱਚ ਹੀ ਸੈਲਫੀ ਲੈ ਲੈਂਦੇ ਆ ਤੇ ਆਂਦੇ ਹਨ ਪਾਕਿਸਤਾਨ ਦੇ ਬਾਰਡਰ ਤੇ ਜਾਣਾ ਸੋ ਮੈਂ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰ ਤੇ ਲੈ ਆਇਆ ਮਿਲਟਰੀ ਤੇ ਦੇਖਦੀ ਮਿਲਟਰੀ ਬੇਸ ਵਿਖਾਵਾਂ ਮੈਂ ਤੈਨੂੰ ਮਿਲਟਰੀ ਬੇਸ ਵਿਖਾਣਾ ਹੋ ਰਿਹਾ ਉਹ ਪੀਲਾ ਤੇ ਦੱਸ ਦੇਣਾ ਯਾਰ ਉਹ ਮਿਲਟਰੀ ਤੇ ਦੇਖਦੀ ਨਹੀਂ ਪੀ ਕੀ ਕਰੀਏ ਹੁਣ ਮਿਲਟਰੀ ਆ ਤਾਲਾ ਲੱਗਾ ਆ ਪਾਕਿਸਤਾਨ ਦਾ ਬਾਰਡਰ ਇਹਨਾਂ ਨੇ ਆਖਾ ਵੀ ਕੋਈ ਝੋਟੇ ਬੁੱਗੀਆਂ ਨੇ ਸੁੱਤਾ ਤਾਰਾ ਲਾਇਆ ਆ ਛੋੜ ਦੇ ਇਹਨੂੰ ਚੰਜ ਕੋਈ ਮੁੱਕਾ ਮਾਰ ਰਿਹਾ ਹਾਜ਼ਰ ਹੋ ਯਾਰ ਤੂੰ ਲੈ ਮੈਂ ਭੱਜਾਂ ਸੀਨਾਂ ਨੇ ਭੈਣ ਜੋ ਤੂੰ ਪੰਜਾਬੀ ਲੈ ਜਾਂਦੇ ਪੰਜਾਬ ਤੋਂ ਲੈ ਮੈਂ ਟੱਪਣਾ ਉਹ ਟੱਪੀ ਨਾ ਵੀਰਾ ਉਹ ਕੀੜਾ ਪੈ ਗਿਆ ਹੱਥ ਤੇ ਤੂੰ ਆ ਜਾ ਜਾ ਅਲਵਿਦਾ ਕਰਨ ਦਾ ਟਾਈਮ ਆ ਚੁੱਕਿਆ ਇਹਨਾਂ ਕਰੋ ਫੋਨ ਆਉਂਦਿਆ ਦੀ ਬੀਬੀ ਦਾ ਕਹਿੰਦੀ ਐ ਬੀਬੀ ਦਾ ਥੋੜਾ ਹੁੰਦਾ ਜੀ ਹੋਰ ਫਿਰ ਕੀ ਦਾ ਹੁੰਦਾ ਜੀ ਮਤਲਬ ਕਹਿੰਦੀ ਐ ਵੀ ਆ ਜਾ ਪੁੱਤਰ ਘਰ ਨੂੰ ਬੜਾ ਟਾਈਮ ਹੋ ਗਿਆ ਠੀਕ ਐ ਮਤਲਬ ਬਈ ਪੜਦੇ ਪੁੱੜਦੇ ਕੋਈ ਨਹੀਂ ਯਾਰ ਭੇਜ ਦੇਣਾ ਆਹੋ ਭੇਜੇ ਤੇ ਤੇਰੇ ਵੀ ਘਰੋਂ ਫੋਨ ਆਉਂਦੇ ਨੇ ਤੂੰ ਵੀ ਚੁੱਪ ਰਹਿ ਕੇ ਤੈਨੂੰ ਤੂੰ ਵੇਲਾ ਚਲੋ ਹੁਣ ਫੋਟੋ ਖਿਚਾ ਕੇ ਚੱਲਨੇ ਆ ਰੀ ਲਰੂ ਲਮਣਾ ਹੁੰਡਿਆ ਬੋਲ ਤੂੰ ਫੋਟੋ ਖਿਚਾਣੀ ਹੈ ਹਾਂਜੀ ਸੋ ਜੀ ਆ ਪਹਿਲਾ ਫੈਨ ਹੈ ਜਿਹੜਾ ਮੈਨੂੰ ਮੇਰਾ ਮਿਲਿਆ ਮਤਲਬ ਇਹ ਦੋ ਤਿੰਨ ਫੈਨ ਮਿਲੇ ਨੇ ਮੈਨੂੰ ਮੇਰੇ ਬੜੇ ਜਿੱਥੇ ਯਾਰ ਮੇਰੇ ਮਾਮੇ ਪਿੰਡ ਵੀ ਮਤਲਬ ਉੱਥੋਂ ਸੋ ਜਿਵੇਂ ਵੀ ਹੈ ਨਾ ਹਾਂ ਵੀ ਮਿੱਤਰਾ ਬਈ ਹਾਂ ਬੋਲ ਚੱਲ ਆ ਜਾ ਖਿਚਾਣੇ ਫੋਟੋ ਫੋਨ ਕੱਢ ਆਪਣਾ ਉਹ ਮੈਂ ਮੇਰੇ ਕੋਲ ਨਾ ਫੋਨ ਨਹੀਂ ਹੈ ਮੇਰੇ ਮੰਮਾ ਕਹਿੰਦੇ ਵੀ ਨਾ ਤੂੰ ਹਜੇ ਮੇਰਾ ਫੋਨ ਚਲਾਇਆ ਕਰ ਮੇਰੇ ਮੰਮਾ ਦਾ ਫੋਨ ਘਰੇ ਪਿਆ ਤਾਂ ਹਜੇ ਨਹੀਂ ਹੈ ਮੇਰੇ ਕੋਲ ਫੋਨ ਸੋ ਚੱਲ ਆਪਾਂ ਤੇਰੇ ਨਾਲ ਉਂਝ ਖਿਚਾਲੇ ਵਲੌਗ ਵੇਖਣੇ ਨੇ ਮੇਰੇ ਹਾਂਜੀ ਲੈ ਫਿਰ ਇੱਥੋਂ ਸਕਰੀਨਸ਼ਾਟ ਲੈ ਲਈਆਂ ਕਰ ਐਵੇਂ ਕੋਈ ਪੋਜ ਪਾਜ ਕਰ ਓਕੇ ਰਿਪੋਰਟ ਠੀਕ ਹੈ ਮੁੰਡਿਆ ਬਾਏ ਕੱਲ ਮਿਲਨੇ ਤੇਰੇ ਨਾਲ ਆਪਾਂ ਓਕੇ ਜੀ ਮੈਂ ਵਲੌਗ ਤਾਂ ਹੋਰ ਵੀ ਬਣਾਇਆ ਸੀ ਪਰ ਯਾਰ ਕੋਈ ਟੈਕਨੀਕਲ ਇਸ਼ੂ ਦੀ ਵਜ੍ਹਾ ਤੋਂ ਯਾਰ ਪਤਾ ਨਹੀਂ ਉਹ ਪ੍ਰੋਜੈਕਟ 'ਚ ਪਾਉਣ ਲੱਗਾ ਉਹ ਡਿਲੀਟ ਹੋ ਗਿਆ ਕੈਮਰੇ 'ਚ ਹੋਈ ਸੋ ਯਾਰ ਇੱਥੇ ਆਪਾਂ ਵਲੌਗ ਨੂੰ ਐਂਡ ਕਰਦੇ ਹਾਂ ਥੋੜ੍ਹਾ ਛੋਟਾ ਬਣਿਆ ਪਰ ਕੋਈ ਨਹੀਂ ਚਲੋ ਇਹ ਯਾਰ ਅਗਲੀ ਯਾਰ ਥੋੜ੍ਹਾ ਵੱਡਾ ਵਲੌਗ ਬਣਾ ਦਾਂਗੇ ਸੰਡੇ ਨੂੰ ਆਊਗਾ ਜੀ ਅਗਲਾ ਵਲੌਗ ਤਾਂ ਸਿੱਧਾ ਓਕੇ ਬਾਏ।